अज आपां इस दो फ्रूटां तो तैयार करांगे जी, बहुत ही टेस्टी टेस्टी एक चटनी ते एक बनावांगे जी आपां जैम, जिहड़ी कि बच्चों नूं बहुत ज्यादा ही पसंद आऊगी ते वड्डे भी जिहड़े खाणगे। इन्नी कु ज्यादा टेस्टी बनदी है, इहनूं तुसीं ब्रैड ते ला के खा सकदे हो, तुसीं परौंठी बना के बच्चे नूं दे के उहदे उत्ते ला के खा सकदे हो, बच्चा बहुत खुश होगा। बाकी इहनूं तुसीं कच्च दे डब्बे दे विच बंद करके फ्रिज के विच रख के इन्हों तुसी 6 महीने तक भी रख सकते हो। इन्हों आपा किस तरह तैयार किया वो तुसी अगे वीडियो च वेखो। सत श्री अकाल, नमस्ते, आदाब, राम राम, जय माता दी, कैसे हो सब, स्वागत है तुहाडा सारिआं दा मेरे चैनल रूप ब्लॉगर ते। तो फ्रेंड शुरू करदे आपां अज्ज दी वीडियो। अज्ज दी वीडियो दे विच आपां बनावांगे जी बहुत ही टेस्टी टेस्टी दो रेसिपियां जिहड़ियां कि तुहाडे बच्चे बहुत ही ज्यादा पसंद करनगे ते सीजनल है। जिवें अज कल ओह फ्रूट आउंदा, आपां इक फ्रूट तों तैयार करांगे ओह जिहड़ी रेसिपी। ओह रेसिपी तैयार होणी है जी इह आलू बुखारे तों, इह छोटे वाला आलू बुखारा ते इह वड्डे वाला। इंग्लिश दे विच इहनूं प्लम बोलिया जांदा ते पंजाबी ते हिंदी दे विच इहनूं आलू बुखारा बोलिया जांदा, जिहड़ा आम ही आपां जाइए बाजार दे विच आपां नूं मिल जांदा, वड्डा भी मिल जांदा, छोटा भी मिल जांदा। इह उही आलू बुखारा जिहड़ा उस दिन आपां बाग च गए सी ते अंकल ने आपां नूं इह आलू बुखारा दित्ता सी। अज आपां उहदियां दो रेसिपियां तैयार करांगे। आलू बुखारा जिहड़ा गर्मियां दे विच बहुत ही ज्यादा फायदेमंद हुंदा। पहलां इह छोटे छोटे हुंदे सी उदों सानूं कहिंदे हुंदे सीगे वी जिहड़ा बीमार आ बंदा उहदे वास्ते फ्रूट हुंदा, है ना। उदों नहीं सानूं पता हुंदा सीगा ਵੀ ਇਹਦੇ ਫਾਇਦੇ ਬਹੁਤ ਨੇ। ਜੇ ਤੁਹਾਡੇ ਲੀਵਰ 'ਚ ਗਰਮੀ ਪਈ ਆ ਤਾਂ ਵੀ ਇਹ ਠੀਕ ਕਰਦਾ ਵਾ, ਸਕਿਨ ਦੀ ਪ੍ਰੋਬਲਮ ਨੂੰ ਵੀ ਇਹ ਠੀਕ ਕਰਦਾ, ਪੇਟ ਦੀਆਂ ਕਈ ਬਿਮਾਰੀਆਂ ਵਾਸਤੇ ਜਿਹੜਾ ਆਲੂ ਬੁਖਾਰਾ ਬਹੁਤ ਜ਼ਿਆਦਾ ਲਾਭਦਾਇਕ ਹੁੰਦਾ। ਸੋ ਬੱਚੇ ਇਹਨੂੰ ਖਾਣਾ ਪਸੰਦ ਨਹੀਂ ਕਰਦੇ ਕਿਉਂਕਿ ਇਹਦਾ ਟੇਸਟ ਜਿਹੜਾ ਵਾ ਉਹ ਖੱਟਾ ਮਿੱਠਾ ਜਿਹਾ ਹੁੰਦਾ ਵਾ, ਵੀ ਥੋੜ੍ਹਾ ਖੱਟਾ ਲੱਗਦਾ ਬੱਚੇ ਨੂੰ, ਫਿਰ ਬੱਚਾ ਖਾਂਦਾ ਨਹੀਂ ਆ। ਬੱਚਿਆਂ ਨੂੰ ਆਪਾਂ ਕਿਸ ਤਰ੍ਹਾਂ ਖਵਾਉਣਾ ਵਾ ਉਹੀ ਰੈਸਪੀ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਹਾਂ। ਦੋ ਰੈਸਪੀਆਂ ਆਪਾਂ ਬਣਾਵਾਂਗੇ ਅਤੇ ਵੀਡੀਓ ਦੇ ਵਿੱਚ ਬਣੇ ਰਹੋ ਜੀ। ਇਹ ਨਹੀਂ ਮੈਂ ਹੁਣ ਤੁਹਾਨੂੰ ਕਹਿਣਾ ਕਿ ਸਕਿਪ ਕਰਕੇ ਨਾ ਦੇਖਿਓ, ਕਿਉਂਕਿ ਤੁਹਾਡੀ ਮਰਜ਼ੀ ਹੈ, ਜਿੱਦਾਂ ਮਰਜ਼ੀ ਤੁਸੀਂ ਵੀਡੀਓ ਦੇਖਿਓ, ਪਰ ਦੇਖਿਓ ਜ਼ਰੂਰ ਜੀ। ਤੇ ਆਓ ਜੀ ਆਪਾਂ ਸ਼ੁਰੂ ਕਰਦੇ ਵੀਡੀਓ। ਤੇ ਪਹਿਲਾਂ ਆਪਾਂ ਬਣਾਵਾਂਗੇ ਜੀ ਇਹ ਆਲੂ ਬੁਖਾਰੇ ਦੀ ਚਟਨੀ। ਜਿਹੜਾ ਵੱਡਾ ਆਲੂ ਬੁਖਾਰਾ ਇਹ ਥੋੜਾ ਥੋੜਾ ਖੱਟਾ ਵਾ, ਇਹਦੀ ਆਪਾਂ ਬਣਾਵਾਂਗੇ ਚਟਨੀ। ਜਿਹੜਾ ਇਹ ਚੈਰੀ ਵਾਲਾ ਆਲੂ ਬੁਖਾਰਾ ਵਾ ਇਹਦੀ ਆਪਾਂ ਬਣਾਵਾਂਗੇ ਜੀ ਜੈਮ। ਜਿਹੜੇ ਬੱਚੇ ਬ੍ਰੈਡ ਤੇ ਲਾ ਕੇ ਖਾਣਾ ਬਹੁਤ ਪਸੰਦ ਕਰਦੇ ਆ, ਇਹ ਆਪਾਂ ਮਿੱਠੀ ਮਿੱਠੀ ਜੈਮ ਬਣਾਵਾਂਗੇ ਤੇ ਇਹ ਆਪਾਂ ਖੱਟੀ ਮਿੱਠੀ ਬਣਾਵਾਂਗੇ ਜੀ ਚਟਨੀ। ਚਟਨੀ ਜਿਹੜੀ ਹੈ ਜੀ ਉਹ ਜਿਵੇਂ ਟਮਾਟੋ ਕੈਚਪ ਦੀ ਆਪਾਂ ਬਣਾਉਂਦੇ ਹਾਂ, ਚਾਹੇ ਪਕੌੜਿਆਂ ਦੇ ਨਾਲ ਖਾਣ ਨੂੰ ਕਈ ਲੋਕ ਬਣਾਉਂਦੇ ਨਾ ਇਮਲੀ ਦੀ, ਇਮਲੀ ਜਿਵੇਂ ਕਈਆਂ ਨੂੰ ਖਾਣਾ ਮੜਾ ਹੁੰਦਾ ਵਾ ਚਾਹੇ ਕਈਆਂ ਨੂੰ ਪਚਦੀ ਨਹੀਂ ਆ, ਸੋ ਤੁਸੀਂ ਇਸ ਚੀਜ਼ ਦੀ ਜਿਹੜੀ ਹੈ ਪਲਮ ਦੀ ਜਿਹੜੀ ਚਟਨੀ ਬਣਾ ਸਕਦੇ ਹੋ, ਬਹੁਤ ਜ਼ਿਆਦਾ ਟੇਸਟੀ ਬਣਦੀ ਹੈ। ਤੇ ਇਹਦੀ ਆਪਾਂ ਇੱਦਾਂ ਕਟਿੰਗ ਕਰ ਲੈਣੀ ਹੈ, ਜਿਹੜੀ ਇਹਦਾ ਬੀਜ ਆ ਇਹਨੂੰ ਆਪਾਂ ਕੱਢ ਦਾਂਗੇ, ਇੱਕ ਸਾਈਡ ਤੇ ਰੱਖੀ ਜਾਵਾਂਗੇ ਤੇ ਇਹਦੇ ਪੀਸ ਕੱਟ ਲਾਂਗੇ ਆਪਾਂ। ਆਪਾਂ ਬਿਲਕੁਲ ਸਿੰਪਲ ਤਰੀਕੇ ਨਾਲ ਤਿਆਰ ਕਰਾਂਗੇ। ਕਈ ਲੋਕ ਇਹਨੂੰ ਉਬਾਲ ਕੇ ਵੀ ਬਣਾਉਂਦੇ ਆ, ਵੀ ਇਹਦਾ ਛਿਲਕਾ ਉਤਾਰ ਕੇ, ਇੱਦਾਂ ਵਾ ਵੀ ਇਹਦੇ ਸਾਰੇ ਤੱਤ ਨਿਕਲ ਜਾਣਗੇ। ਆਪਾਂ ਬੱਚਿਆਂ ਨੂੰ ਖਵਾਉਣੀ ਆ, ਬੱਚਿਆਂ ਨੂੰ ਸਾਰੇ ਇਹਦੇ ਤੱਤ ਮਿਲਣੇ ਚਾਹੀਦੇ ਆ, ਸੋ ਇਸ ਕਰਕੇ ਆਪਾਂ ਇਹਨੂੰ ਉਬਾਲ ਨਹੀਂ ਰਹੇ, ਇਸੇ ਤਰ੍ਹਾਂ ਹੀ ਆਪਾਂ ਇਹਨੂੰ ਬਣਾਵਾਂਗੇ। ਹੁਣ ਆਪਾਂ ਇਹਨਾਂ ਦੀ ਕਟਿੰਗ ਕਰ ਲਈ ਆ ਤੇ ਇਹ ਜਿਹੜੇ ਛੋਟੇ ਆ ਇਹਨਾਂ ਦੀ ਆਪਾਂ ਕਟਿੰਗ ਨਹੀਂ ਕਰ ਰਹੇ। ਜੇ ਤੁਸੀਂ ਇਹ ਜੈਮ ਜਿਹੜੀ ਹੈ ਵੱਡੇ ਆਲੂ ਬੁਖਾਰੇ ਨਾਲ ਬਣਾ ਰਹੇ ਤੇ ਤੁਸੀਂ ਇਹਦੀ ਕਟਿੰਗ ਕਰ ਸਕਦੇ ਹੋ, ਕਿਉਂਕਿ ਬਹੁਤ ਛੋਟੇ ਛੋਟੇ ਇਹਨਾਂ ਨੂੰ ਆਪਾਂ ਜੇ ਕੱਟਾਂਗੇ ਤੇ ਗਿੜਕ ਜਿਹੜੀ ਇਹਦੇ ਵਿੱਚ ਉਹ ਫਿਰ ਗੁੱਦਾ ਜਿਹਾ ਥੋੜਾ ਥੋੜਾ ਐਵੇਂ ਵੇਸਟ ਹੋਊਗਾ। ਆਪਾਂ ਇਹਨਾਂ ਨੂੰ ਪਕਾ ਕੇ ਬਾਅਦ ਚ ਗਿੜਕਾ ਕੱਢਾਂਗੇ ਤੇ ਇਹਨਾਂ ਨੂੰ ਪਾ ਦੇਣੇ ਆਪਾਂ ਫਰਾਈ ਪੈਨ ਚ। ਇਹਨਾਂ ਨੂੰ ਆਪਾਂ ਬਿਨਾਂ ਪਾਣੀ ਤੋਂ ਹੀ ਬਣਾ ਰਹੇ ਹਾਂ। ਜਿਵੇਂ ਇਹ ਵਾਲੀਆਂ 2 ਕੌਲੀਆਂ ਮੇਰੇ ਆਲੂ ਬੁਖਾਰੇ ਨੇ ਤੇ 1 ਕੌਲੀ ਆਪਾਂ ਭਰ ਕੇ ਚ ਖੰਡ ਪਾ ਦਿੰਦੇ। ਖੰਡ ਤੁਸੀਂ ਆਪਦੇ ਆਲੂ ਬੁਖਾਰੇ ਦੇ ਮਿੱਠੇ ਦੇ ਅਕੋਰਡਿੰਗ ਪਾਇਓ ਤੇ ਆਪਣੇ ਟੇਸਟ ਦੇ ਅਕੋਰਡਿੰਗ। ਹੁਣ ਆਪਾਂ ਜਿਹੜਾ ਗੈਸ ਘੱਟ ਕਰਕੇ ਤੇ ਇਹਨੂੰ ਐਂ ਹਿਲਾਉਂਦੇ ਹੋਏ ਹੌਲੀ ਹੌਲੀ ਪਕਾਉਣਾ, ਜਿੰਨਾ ਚਿਰ ਖੰਡ ਜਿਹੜੀ ਪੂਰੀ ਪਿਘਲ ਨਹੀਂ ਜਾਂਦੀ। ਇਹ ਦੇਖੋ ਖੰਡ ਜਿਹੜੀ ਉਹ ਪਿਘਲਣ ਲੱਗ ਗਈ ਆ। ਇੱਧਰ ਆਪਾਂ ਜਿਹੜੀ ਦੂਜਿਆਂ ਦੀ ਕਟਿੰਗ ਕੀਤੀ ਆ ਇਹਨਾਂ ਨੂੰ ਆਪਾਂ ਪੀਸ ਲੈਂਦੇ। ਦੇਖੋ ਇਹਦਾ ਕਲਰ ਕਿੰਨਾ ਸੋਹਣਾ ਆ ਰਿਹਾ, ਨੈਚੁਰਲ, ਆਪਾਂ ਇਹਦੇ ਵਿੱਚ ਕੋਈ ਕਲਰ ਨਹੀਂ ਇਸਤੇਮਾਲ ਕਰ ਰਹੇ ਤੇ ਬਾਕੀ ਇਹਦਾ ਛਿਲਕਾ ਵੀ ਜਿਹੜਾ ਆਪਣੇ ਆਪ ਹੀ ਉੱਪਰੋਂ ਲੱਥ ਰਿਹਾ, ਨਾਲ ਨਾਲ ਥੋੜ੍ਹੇ ਥੋੜ੍ਹੇ ਇੱਦਾਂ ਆਪਾਂ ਨੱਪੀ ਜਾਵਾਂਗੇ। ਇੱਧਰ ਇਹ ਦੇਖੋ ਆਲੂ ਬੁਖਾਰਾ ਵੀ ਆਪਾਂ ਪੀਸ ਲਿਆ, ਇਹਨੂੰ ਵੀ ਆਪਾਂ ਇੱਦਾਂ ਹੀ ਪਾ ਦੇਣੇ, ਇਹਦੇ ਵਿੱਚ ਵੀ ਆਪਾਂ ਪਾਣੀ ਨਹੀਂ ਪਾਉਣਾ। ਹੁਣ ਇਹਨੂੰ ਵੀ ਆਪਾਂ ਪਕਾ ਲਾਂਗੇ।
ਇਹਦਾ ਵੀ ਆਪਾਂ ਨੇਚਰਲ ਕਲਰ ਹੀ ਲਵਾਂਗੇ ਥੋੜੀ ਜਿਹੀ ਇਹਦੇ ਵਿੱਚ ਆਪਾਂ ਜਦੋਂ ਲਾਲ ਮਿਰਚ ਪਾਵਾਂਗੇ ਉਹਦੇ ਨਾਲ ਕਲਰ ਆ ਜਾਊਗਾ ਜੇ ਤੁਸੀਂ ਇਹਦੇ ਵਿੱਚ ਡਾਰਕ ਕਲਰ ਇਹਦਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਥੋੜਾ ਜਿਹਾ ਚਿਕੰਦਰ ਇਹਦੇ ਵਿੱਚ ਇਸਤੇਮਾਲ ਕਰ ਸਕਦੇ ਹੋ ਜਿਹਨੂੰ ਬੀਟ ਰੂਟ ਬੋਲਿਆ ਜਾਂਦਾ ਤੇ ਵੀ ਦੇਖੋ ਇਹ ਰਿੱਝਦੀ ਪਈ ਹੈ ਇਹਦੇ ਵਿੱਚ ਆਪਾਂ ਹੋਰ ਕਿਹੜਾ ਸਮਾਨ ਪਾਉਣਾ ਉਹ ਆਪਾਂ ਤੁਹਾਨੂੰ ਦੱਸ ਦਿੰਨੇ ਆ ਇਹਦੇ ਵਿੱਚ ਆਪਾਂ ਪਾ ਰਹੇ ਹਾਂ ਜੀ ਅੱਧਾ ਚਮਚ ਲਾਲ ਮਿਰਚ ਪਾਊਡਰ ਇਹ ਸਾਡੀ ਘਰ ਦੀ ਪੀਸੀ ਹੋਈ ਆ ਤੇ ਇਹ ਪਾ ਰਹੇ ਆ ਆਪਾਂ ਕਸ਼ਮੀਰੀ ਲਾਲ ਮਿਰਚ ਪਾਊਡਰ ਇਹਦੇ ਵਿੱਚ ਅੱਧਾ ਚਮਚ ਕਾਲਾ ਨਮਕ ਤੇ ਅੱਧਾ ਚਮਚ ਸੇਧਾ ਨਮਕ ਕਾਲਾ ਨਮਕ ਇਹਦੇ ਵਿੱਚ ਤੁਸੀਂ ਪਾਇਓ ਟੇਸਟ ਵਧੀਆ ਆਉਂਦਾ ਤੇ ਨਾਲ ਇਹਨੂੰ ਮਿੱਠਾ ਟੇਸਟ ਹੋਰ ਦੇਣ ਵਾਸਤੇ ਆਪਾਂ ਗੁੜ ਦਾ ਇਸਤੇਮਾਲ ਕਰ ਰਹੇ ਆ ਤੇ ਅੱਧੀ ਕੁ ਕੌਲੀ ਦੇ ਵਿੱਚ ਆਪਾਂ ਖੰਡ ਪਾਵਾਂਗੇ ਕਿਉਂਕਿ ਨਹੀਂ ਤਾਂ ਥੋੜੀ ਜਿਹੀ ਜ਼ਿਆਦਾ ਖੱਟੀ ਬਣਨੀ ਹੈ ਜਿਵੇਂ ਥੋੜਾ ਕੱਚਾ ਸੀ ਸਾਡਾ ਆਲੂ ਬੁਖਾਰਾ ਤੇ ਨਾਲ ਇਹਦੇ ਵਿੱਚ ਪਾਵਾਂਗੇ ਆਪਾਂ 2 ਚਮਚ ਚਾਰੇ ਮਗਜ ਤੁਸੀਂ ਚਾਹੋ ਤੇ ਇਹਦੇ ਵਿੱਚ ਤੁਸੀਂ ਕਾਲੀ ਮਿਰਚ ਦਾ ਵੀ ਇਸਤੇਮਾਲ ਕਰ ਸਕਦੇ ਹੋ ਤੇ ਨਾਲ ਆਪਾਂ ਪਾ ਦਾਂਗੇ ਇਹਦੇ ਵਿੱਚ ਤੋੜ ਕੇ ਗੁੜ ਜਿੰਨਾ ਚਿਰ ਰਿੱਝ ਨਹੀਂ ਉਹਨਾਂ ਚਿਰ ਗੁੜ ਇਹਦੇ ਵਿੱਚ ਆਪਣੇ ਆਪ ਹੀ ਖੁਰ ਜਾਣਾ ਤੁਸੀਂ ਚਾਹੋ ਤੇ ਇਹਨੂੰ ਕੁੱਟ ਕੇ ਵੀ ਗੁੜ ਨੂੰ ਪਾ ਸਕਦੇ ਹੋ ਤੇ ਗੁੜ ਤੇ ਖੰਡ ਪਾਉਣ ਦੇ ਨਾਲ ਇਹਦਾ ਜਿਹੜਾ ਕਲਰ ਚੇਂਜ ਹੋ ਗਿਆ ਦੇਖੋ ਕਲਰ ਕਿੰਨਾ ਸੋਹਣਾ ਆ ਰਿਹਾ ਇਹਦਾ ਇੱਧਰ ਇਹਨੂੰ ਵੀ ਆਪਾਂ ਇਦਾਂ ਦੱਬ ਦੱਬ ਕੇ ਪਕਾ ਰਹੇ ਹਾਂ ਪਰ ਕੋਈ ਕਲਰ ਇਹਦੇ ਵਿੱਚ ਇਸਤੇਮਾਲ ਨਹੀਂ ਕੀਤਾ ਤਾਂਕਿ ਕੈਮਰੇ ਦੇ ਵਿੱਚ ਜਿਹੜਾ ਕਲਰ ਥੋੜਾ ਬਹੁਤਾ ਫਰਕ ਪੈ ਜਾਂਦਾ ਜਿਵੇਂ ਉਸ ਦਿਨ ਕਹਿੰਦੇ ਸੀ ਵੀ ਰੋਟੀ ਕੱਚੀ ਉਹ ਕੈਮਰੇ ਦੇ ਕਰਕੇ ਹੋ ਜਾਂਦਾ ਜਦੋਂ ਤੁਸੀਂ ਖੁਦ ਉਹ ਚੀਜ਼ ਨੂੰ ਬਣਾਓਗੇ ਨਾ ਜਿਵੇਂ ਦਾ ਕਲਰ ਜਿਹੜਾ ਨੈਚੁਰਲ ਆ ਉਹ ਮੈਂ ਹੀ ਦੇਖ ਸਕਦੀ ਅੱਖਾਂ ਦੇ ਨਾਲ ਕੈਮਰੇ ਦੇ ਵਿੱਚ ਉਹਨਾਂ ਨਹੀਂ ਆ ਰਿਹਾ ਜਦੋਂ ਤੁਸੀਂ ਬਣਾਓਗੇ ਫਿਰ ਤੁਹਾਨੂੰ ਪਤਾ ਲੱਗੂ ਜਿਵੇਂ ਸੇਮ ਚਿਕੰਦਰ ਨਿਕਲਦਾ ਨਾ ਅੰਦਰੋਂ ਇਹੋ ਕਲਰ ਆ ਹਨਾ ਤੁਸੀਂ ਚਾਹੋ ਤੇ ਇਦਾਂ ਤੁਸੀਂ ਛਿਲਕੇ ਸਮੇਤ ਵੀ ਰੱਖ ਸਕਦੇ ਹੋ ਕਿ ਬੱਚਿਆਂ ਨੂੰ ਥੋੜਾ ਵਧੀਆ ਲੱਗੇ ਜੇ ਤੁਹਾਡੇ ਬੱਚੇ ਜਿਹੜੇ ਛਿਲਕਾ ਨਹੀਂ ਖਾਂਦੇ ਤੇ ਇਹਨੂੰ ਛਾਣ ਲਿਓ ਆਪਾਂ ਇਹਨੂੰ ਛਾਣ ਕੇ ਵੀ ਤੁਹਾਨੂੰ ਦਿਖਾਵਾਂਗੇ ਹੁਣ ਇਹ ਆਪਾਂ ਗੈਸ ਬੰਦ ਕਰ ਦਿੱਤਾ ਦੇਖੋ ਇਸ ਸਟੇਜ ਤੇ ਜੇ ਤੁਸੀਂ ਛਾਣਣਾ ਨਾ ਤੇ ਇਹਨੂੰ ਛਾਣ ਲੈਣਾ ਮੁੜ ਕੇ ਜਿਵੇਂ ਤੁਹਾਨੂੰ ਪਤਾ ਇਹ ਠੰਡੀ ਹੋ ਕੇ ਹੋਰ ਗਾੜੀ ਹੋ ਜਾਂਦੀ ਆ ਤੇ ਫਿਰ ਇਹ ਛਾਣਿਆ ਨਹੀਂ ਜਾਣਾ ਹੁਣ ਇਹਨੂੰ ਆਪਾਂ ਛੰਨੀ 'ਚ ਪਾ ਦਿੰਨੇ ਇਹਦਾ ਕੜਛੀ ਦੀ ਹੈਲਪ ਦੇ ਨਾਲ ਆਪਾਂ ਦਬਾਉਂਦੇ ਇਹਨੂੰ ਛਾਣ ਲਾਂਗੇ ਤਾਂ ਕਿ ਉਹ ਗਿੜਕਾਂ ਵਗੈਰਾ ਛਿਲਕੇ ਜਿਹੜੇ ਉਹ ਵੱਖਰੇ ਹੋ ਜਾਣ ਤੇ ਬੱਚਿਆਂ ਨੂੰ ਪਤਾ ਹੀ ਨਾ ਲੱਗੇ ਵੀ ਤੁਸੀਂ ਜੈਮ ਘਰੇ ਤਿਆਰ ਕੀਤੀ ਹੈ ਕਿ ਬਾਜ਼ਾਰੋਂ ਲੈ ਕੇ ਆਏ ਹੋ ਇਹ ਠੰਡੀ ਹੁੰਦੀ ਹੈ ਜੈਮ ਜਿਵੇਂ ਬੱਚੇ ਜ਼ਿਆਦਾ ਅੰਬ ਦੀ ਜੈਮ ਖਾਣਾ ਬਹੁਤ ਪਸੰਦ ਕਰਦੇ ਆ ਤੇ ਗਰਮੀਆਂ ਦੇ ਵਿੱਚ ਤੁਸੀਂ ਇਹ ਸਪੈਸ਼ਲ ਬਣਾ ਕੇ ਦਿਆ ਕਰੋ ਬੱਚਿਆਂ ਨੂੰ ਬ੍ਰੈਡ ਤੇ ਲਾ ਕੇ ਜਿਹੜੇ ਬੱਚੇ ਖਾਣਾ ਪਸੰਦ ਕਰਦੇ ਜ਼ਿਆਦਾ ਬਾਕੀ ਦੇਸੀ ਘਿਓ ਦੀ ਲੇਅਰਾਂ ਵਾਲੀ ਪਰੌਂਠੀ ਬਣੀ ਹੋਵੇ ਉਹਦੇ ਉੱਤੇ ਲਾ ਕੇ ਖਾਓ ਤਾਂ ਵੀ ਬਹੁਤ ਟੇਸਟੀ ਲੱਗਦੀ ਹੈ ਹੁਣ ਜਿਵੇਂ ਛੰਨੀ ਆਪਣੀ ਬਰੀਕ ਆ ਤੇ ਇਹਦੇ ਵਿੱਚ ਥੋੜਾ ਜਿਹਾ ਇਹਨੂੰ ਨਿਕਲਣ 'ਚ ਦਿੱਕਤ ਹੋ ਰਹੀ ਸੀ ਵੀ ਇਹ ਬੈਟਰ ਜਿਹੜਾ ਜ਼ਿਆਦਾ ਉੱਪਰਲਾ ਗਾੜਾ ਆਪਣਾ ਇਹਦੇ ਵਿੱਚ ਆਪਾਂ ਥੋੜਾ ਥੋੜਾ ਪਾਣੀ ਪਾ ਲਾਂਗੇ ਕਿਉਂਕਿ ਇਹਨੂੰ ਆਪਾਂ ਥੋੜਾ ਜਿਹਾ ਹੋਰ ਉਬਾਲ ਲਾਂਗੇ ਜੇ ਆਪਾਂ ਇਹਦੇ ਵਿੱਚ ਕੱਚਾ ਪਾਣੀ ਪਾ ਰਹੇ ਇਹ ਤੁਹਾਨੂੰ ਇਹ ਦਿੱਕਤ ਨਹੀਂ ਆਊਗੀ ਜੇ ਤੁਸੀਂ ਵੱਡੇ ਆਲੂ ਬੁਖਾਰੇ ਲੈ ਰਹੇ ਹੋ ਇਹ ਮੇਰੇ ਕੋਲ ਛੋਟੇ ਸੀਗੇ ਤਾਂ ਕਰਕੇ ਜਿਹੜੀ ਆ ਰਹੀ ਹੈ ਆਪਾਂ ਨੂੰ ਪ੍ਰੋਬਲਮ ਹੁਣ ਇਹਨੂੰ ਆਪਾਂ ਸਾਰੀ ਨੂੰ ਛਾਣ ਲਿਆ ਤੇ ਇਹਨੂੰ ਫਿਰ ਆਪਾਂ ਉਸੇ ਫਰਾਈ ਪੈਨ 'ਚ ਟ੍ਰਾਂਸਫਰ ਕਰ ਦਿੰਦੇ ਤੇ ਇਹਨੂੰ ਆਪਾਂ ਥੋੜ੍ਹਾ ਜਿਹਾ ਉਬਾਲ ਲੈਂਦੇ ਹਾਂ ਇੱਧਰ ਆਪਾਂ ਇਸ ਚਟਨੀ ਨੂੰ ਦੇਖ ਲੈਂਦੇ ਹਾਂ ਦੇਖੋ ਇਹ ਵੀ ਪੂਰੀ ਰੈਡੀ ਹੋ ਚੁੱਕੀ ਆ ਇਹਨੂੰ ਗਾੜੀ ਪਤਲੀ ਜਿਹੜੀ ਉਹ ਤੁਸੀਂ ਆਪਦੀ ਇੱਛਾ ਅਨੁਸਾਰ ਰੱਖ ਸਕਦੇ ਹੋ ਠੰਡੀ ਹੋ ਕੇ ਇਹਨੇ ਹੋਰ ਗਾੜੀ ਹੋ ਜਾਣਾ ਤੇ ਹੁਣ ਇਹਦੇ ਵਿੱਚ ਆਪਾਂ ਪਾ ਦਿੰਦੇ ਹਾਂ ਮਗਜ਼ ਲਓ ਜੀ ਆਪਣੀ ਇਹ ਜਿਹੜੀ ਆ ਚਟਨੀ ਬਣ ਕੇ ਰੈਡੀ ਹੋ ਚੁੱਕੀ ਹੈ ਇਹਦੇ ਵਿੱਚ ਆਪਾਂ ਗੁੜ ਵੀ ਪਾਇਆ ਉਹਦਾ ਟੇਸਟ ਵੀ ਆਊਗਾ ਖੰਡ ਪਾਈ ਆ ਉਹਦਾ ਵੀ ਟੇਸਟ ਆਊਗਾ ਤੇ ਬਾਕੀ ਖੱਟੇ ਤੇ ਇਹ ਆਪਣੇ ਆਪ ਹੀ ਹੁੰਦੇ ਆ ਕਈ ਲੋਕ ਇਹਦੇ ਵਿੱਚ ਨਿੰਬੂ ਦਾ ਇਸਤੇਮਾਲ ਕਰਦੇ ਆ ਬਾਕੀ ਆਪਾਂ ਇਹਦੇ ਵਿੱਚ ਕੋਈ ਖੱਟੇ ਵਾਸਤੇ ਇਸਤੇਮਾਲ ਨਹੀਂ ਕਰ ਰਹੇ ਕਿਉਂਕਿ ਆਲਰੇਡੀ ਇਹ ਫਰੂਟ ਪਹਿਲਾਂ ਹੀ ਖੱਟਾ ਹੁੰਦਾ ਥੋੜਾ ਜਿਹਾ ਤੇ ਲਓ ਜੀ ਆਪਣੀ ਇਹ ਚਟਨੀ ਬਣ ਕੇ ਰੈਡੀ ਹੋ ਚੁੱਕੀ ਆ ਤੇ ਗੈਸ ਕਰ ਦਿੰਦੇ ਆਪਾਂ ਬੰਦ ਇੱਧਰ ਜੈਮ ਨੂੰ ਵੀ ਜਿਹੜਾ ਉਹ ਉਬਾਲਾ ਆ ਚੁੱਕਾ ਦੇਖੋ ਤੇ ਇਹਨੂੰ ਵੀ ਆਪਾਂ ਕਰ ਦੇਣੇ ਬੰਦ ਤੇ ਫਿਰ ਇਹ ਠੰਡੀ ਹੋ ਗਈ ਜਦੋਂ ਤੇ ਹੋਰ ਗਾੜੀ ਹੋ ਜਾਣੀ ਹੈ ਇਹ ਵੀ ਤੁਸੀਂ ਜੈਮ ਵੀ ਗਾੜੀ ਪਤਲੀ ਜਿਵੇਂ ਆਪਾਂ ਤੁਹਾਨੂੰ ਦੱਸਿਆ ਆਪਣੀ ਇੱਛਾ ਅਨੁਸਾਰ ਕਰ ਸਕਦੇ ਤੇ ਲਓ ਜੀ ਆਪਣੀ ਇਹ ਚਟਨੀ ਤੇ ਆਪਣੀ ਇਹ ਜੈਮ ਜਿਹੜੀ ਬਣ ਕੇ ਰੈਡੀ ਹੋ ਚੁੱਕੀ ਆ ਹੁਣ ਥੋੜੀ ਜਿਹੀ ਠੰਡੀ ਵੀ ਹੋ ਚੁੱਕੀ ਹੈ ਜੈਮ ਤੇ ਆਪਾਂ ਤੁਹਾਨੂੰ ਬ੍ਰੈਡ ਤੇ ਲਾ ਕੇ ਵਿਖਾਉਂਦੇ ਹਾਂ ਦੇਖੋ ਇੰਨੀ ਕੁ ਜੇ ਪਤਲੀ ਇਹਨੇ ਜਦੋਂ ਜ਼ਿਆਦਾ ਠੰਡੀ ਹੋ ਗਈ ਜਾਂ ਆਪਾਂ ਇਹਨੂੰ ਫਰਿੱਜ ਰੱਖਿਆ ਤੇ ਜ਼ਿਆਦਾ ਗਾੜੀ ਹੋ ਜਾਣੀ ਆ ਤੁਸੀਂ ਇੱਦਾਂ ਬੱਚੇ ਨੂੰ ਬ੍ਰੈਡ ਤੇ ਲਾ ਕੇ ਦੇ ਸਕਦੇ ਹੋ ਪਰੌਂਠੀ ਬਣਾ ਕੇ ਜਿਵੇਂ ਬੱਚੇ ਤੁਹਾਡੇ ਖਾਣਾ ਪਸੰਦ ਕਰਦੇ ਆ ਤੇ ਉਦਾਂ ਤੁਸੀਂ ਬਣਾ ਕੇ ਤੇ ਬੱਚਿਆਂ ਨੂੰ ਖਵਾ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਹੁੰਦੀ ਆ ਤੇ ਵੈਸੇ ਵੀ ਟੇਸਟ ਦੇ ਨਾਲ ਨਾਲ ਇਹ ਹੈਲਥ ਬੈਨੀਫੀਸ਼ੀਅਲ ਹੁੰਦੀ ਆ ਜਿਹੜੀ ਕਿ ਬੱਚਿਆਂ ਦੇ ਸਰੀਰ ਨੂੰ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੋਗੀ ਖਾਸ ਕਰਕੇ ਗਰਮੀਆਂ ਦੇ ਵਿੱਚ ਤੇ ਇਦਾਂ ਤੁਸੀਂ ਬਣਾ ਕੇ ਬੱਚਿਆਂ ਨੂੰ ਖਵਾ ਸਕਦੇ ਹੋ ਜੈਮ ਵਗੈਰਾ ਜਿਹੜੀ ਆਪਾਂ ਕੋਈ ਚੀਜ਼ ਬਣਾਉਂਦੇ ਹਾਂ ਚਾਹੇ ਅੰਬ ਦੀ ਬਣਾਉਂਦੇ ਹਾਂ ਜੈਮ ਚਾਹੇ ਐਪਲ ਦੀ ਚਾਹੇ ਇਸ ਤਰ੍ਹਾਂ ਇਹਨਾਂ ਨੂੰ ਕੱਚ ਦੇ ਡੱਬੇ 'ਚ ਪਾ ਕੇ ਰੱਖਿਆ ਕਰੋ ਤਾਂ ਹੀ ਵਧੀਆ ਰਹਿੰਦੀਆਂ ਨੇ
ਤੇ ਮਿੱਠੀ ਤੇ ਨਮਕੀਨ ਚਟਨੀ ਕਹ ਲੋ ਜੈਮ ਕਹ ਲੋ ਦੋਨੋਂ ਬਣ ਕੇ ਰੈਡੀ ਹੋ ਚੁੱਕੀਆਂ ਨੇ। ਬਾਕੀ ਇਹਨਾਂ ਨੂੰ ਤੁਸੀਂ ਸਾਂਭ ਕੇ ਫ੍ਰਿਜ ਦੇ ਵਿੱਚ 6 ਮਹੀਨੇ ਵੀ ਰੱਖ ਸਕਦੇ ਹੋ, ਬਿਲਕੁਲ ਨਹੀਂ ਖਰਾਬ ਹੋਊਗੀ। ਜੈਮ ਜਿਹੜੀ ਆ ਇਹ ਵੀ ਨਹੀਂ ਖਰਾਬ ਹੋਊਗੀ ਤੇ ਚਟਨੀ ਆ ਉਹ ਵੀ ਨਹੀਂ ਖਰਾਬ ਹੋਊਗੀ। ਬਸ ਇੰਨਾ ਵਾ ਵੀ ਇਹਨਾਂ ਨੂੰ 8 ਡੱਬੇ ਦੇ ਵਿੱਚ ਕੱਚ ਦੇ ਚ ਪਾ ਕੇ ਤੇ ਫ੍ਰਿਜ ਦੇ ਵਿੱਚ ਤੁਸੀਂ ਰੱਖ ਦਿਓ, ਫਿਰ ਹੌਲੀ ਹੌਲੀ ਜਿਹੜੀ ਥੋੜੀ ਥੋੜੀ ਖਾਈ ਜਾਇਓ। ਇਹ ਕਦੇ ਵੀ ਨਾ ਇਹਦਾ ਟੇਸਟ ਬਦਲਣਾ ਨਾ ਇਹਦਾ ਕਲਰ ਬਦਲਣਾ, ਤੁਸੀਂ ਇਹ ਅਜਮਾ ਕੇ ਦੇਖਿਓ, ਬਣਾ ਕੇ ਦੇਖਿਓ। ਹੁਣ ਤੁਸੀਂ ਸਾਨੂੰ ਇਹ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਸਾਡੀ ਰੈਸਪੀ ਕਿੱਦਾਂ ਦੀ ਲੱਗੀ। ਜੇ ਰੈਸਪੀ ਚੰਗੀ ਲੱਗੀ ਤੇ ਲਾਈਕ ਤੇ ਸ਼ੇਅਰ ਦੱਬ ਕੇ ਕਰ ਦਿਓ, ਜੇ ਨਹੀਂ ਚੰਗੀ ਲੱਗੀ ਤੇ ਡਿਸਲਾਈਕ ਵੀ ਕਰ ਸਕਦੇ ਹੋ, ਕੋਈ ਗੱਲ ਨਹੀਂ, ਕਿਉਂਕਿ ਉਹਦੇ ਵਿੱਚ ਵੀ ਮੈਨੂੰ ਸਮਝ ਲੱਗੂਗੀ ਵੀ ਤੁਹਾਨੂੰ ਕੋਈ ਚੀਜ਼ ਪਸੰਦ ਨਹੀਂ ਆਈ, ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ। ਬਾਕੀ ਜਿਨ੍ਹਾਂ ਨੂੰ ਵੀਡੀਓ ਚੰਗੀ ਲੱਗੀ ਉਹ ਜ਼ਿਆਦਾ ਤੋਂ ਜ਼ਿਆਦਾ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਜੇ ਮੇਰੇ ਚੈਨਲ ਤੇ ਅੱਜ ਪਹਿਲੀ ਵਾਰੀ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੇ, ਬੈਲ ਬਟਨ ਦਬਾਉਣਾ ਨਾ ਭੁੱਲੇ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ। ਹੁਣ ਇਸ ਵੀਡੀਓ ਦਾ ਆਪਾਂ ਇੱਥੇ ਕਰਦੇ ਜੀ ਐਂਡ, ਤੇ ਟੇਸਟੀ ਟੇਸਟੀ ਜਿਹੜੀ ਹੈ ਜੈਮ ਤੇ ਚਟਨੀ ਖਾ ਕੇ ਕਰਾਂਗੇ ਇੰਜੋਏ। ਮਿਲਦੇ ਹਾਂ ਨੈਕਸਟ ਵੀਡੀਓ, ਤਦ ਤੱਕ ਲਈ ਬਾਏ।